ਭਾਰਤੀ ਨਿਸ਼ਾਨੇਵਾਜ਼ਾਂ ਤੇ ਤੀਰਅੰਦਾਜ਼ਾਂ ਨੇ ਅੱਜ ਚੀਨ ਦੇ ਚੇਂਗਦੂ ਵਿੱਚ ਵਰਲਡ ਯੂਨੀਵਰਸਿਟੀ ਗੇਮਸ 'ਚ 4 ਸੋਨ ਤਮਗੇ ਸਮੇਤ 6 ਤਮਗੇ ਜਿੱਤੇ ਮਰਦਾਂ ਦੀ 10 ਮੀਟਰ 에ਅਰ ਰਾਈਫਲ ਮੁਕਾਬਲੇ ਵਿੱਚ ਨਿਸ਼ਾਨੇਬਾਜ਼ ਐਸ਼ਵਰੀਆ ਪ੍ਰਤਾਪ ਸਿੰਘ ਤੋਮਰ, ਦਿਵਯਾਂਸ਼ ਸਿੰਘ ਪੰਵਾਰ ਤੇ ਅਰਜੁਨ ਬਬੂਤਾ ਨੇ ਚੀਨ ਦੇ ਨਿਸ਼ਾਨੇਵਾਜ਼ਾ ਨੂੰ ਹਰਾ ਕੇ ਸੋਨ ਤਮਗਾ ਜਿੱਤੇ ਮਹਿਲਾਵਾਂ ਦੀ ਕੰਪਾਉਂਡ ਸਿੰਗਲਸ ਵਿੱਚ ਰੋਮਾਂਚਕਾਰੀ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਅਵਨੀਤ ਕੌਰ ਨੇ ਅਮਰੀਕਾ ਦੀ ਐਲਿਸਾ ਗ੍ਰੇਸ ਸਟਰਗਲ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਮਰਦਾਂ ਦੇ ਸਿੰਗਲਸ ਮੁਕਾਬਲੇ ਵਿੱਚ ਸੰਗਮਪ੍ਰੀਤ ਬਿਸਲਾ ਨੇ ਸੋਨ ਤਮਗਾ ਅਤੇ ਅਮਨ ਸੈਣੀ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ ਭਾਰਤ ਹੁਣ ਤੱਕ 17 ਤਮਗੇ ਜਿੱਤ ਚੁੱਕਾ ਹੈ ਜਿਨ੍ਹਾਂ ਵਿੱਚ 9 ਸੋਨੇ ਦੇ 3 ਚਾਂਦੀ ਦੇ ਤੇ 5 ਕਾਂਸੇ ਦੇ ਤਮਗੇ ਸ਼ਾਮਲ ਨੇ ਭਾਰਤ ਇਸ ਟੂਰਨਾਮੈਂਟ ਵਿੱਚ ਦੂਜੇ ਨੰਬਰ ਤੇ ਜਦਕਿ ਮੇਜ਼ਬਾਨ ਚੀਨ 21 ਤਮਗੇ ਜਿੱਤ ਕੇ ਪਹਿਲੇ ਨੰਬਰ ਤੇ ਹੈ